ਖਾਲੀ ਕੀਤੀ ਜਾ ਰਹੀ ਹੈ ਰਵਨੀਤ ਬਿੱਟੂ ਦੀ ਕੋਠੀ। ਸਮਾਨ ਹੋਣ ਲੱਗਿਆ ਇਹ ਪੈਕ 2 ਕਰੋੜ ਦੇਣ ਦੇ ਬਾਵਜੂਦ ਜ਼ਮੀਨ ਤੇ ਸੋ ਕੇ ਰਵਨੀਤ ਬਿੱਟੂ ਨੂੰ ਕੱਟਣੀ ਪਈ ਰਾਤ। ਤਾਂ ਰਵਨੀਤ ਬਿੱਟੂ ਸਰਕਾਰੀ ਕੋਠੀ ਦਾ ਵਿਵਾਦ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਬਿੱਟੂ ਨੇ ਬੀਜੇਪੀ ਦਫ਼ਤਰ ਦੇ ਵਿੱਚ ਪੂਰੀ ਰਾਤ ਬਿਤਾਈ ਹੈ, ਜਿਹੜੇ ਫਲੋਰ ਦੇ ਉੱਤੇ ਗੱਦੇ ਵਿਛਾ ਕੇ ਉੱਥੇ ਰਾਤ ਕੱਟੀ ਹੈ ਰਵਨੀਤ ਸਿੰਘ ਬਿੱਟੂ ਨੇ, ਜੋ ਕਿ ਬੇਅੰਤ ਸਿੰਘ ਦੇ ਪੋਤੇ ਨੇ। ਜੀ ਹਾਂ, ਸਾਬਕਾ ਸੀਐਮ ਦੇ ਪੋਤੇ ਨੇ ਬੀਜੇਪੀ ਦੇ ਦਫ਼ਤਰ 'ਚ ਰਾਤ ਕੱਟੀ ਹੈ। ਲੁਧਿਆਣਾ ਨਗਰ ਨਿਗਮ ਨੇ 2 ਕਰੋੜ ਦਾ ਨੋਟਿਸ ਭੇਜਿਆ ਸੀ, ਜਿਸ ਤੋਂ ਬਾਅਦ ਜੱਦੀ ਜ਼ਮੀਨ ਗਿਰਵੀ ਰੱਖ ਕੇ 2 ਕਰੋੜ ਦਾ ਭੁਗਤਾਨ ਬਿੱਟੂ ਦੇ ਵੱਲੋਂ ਕੀਤਾ ਗਿਆ। ਅਤੇ ਫਿਰ ਅੱਗੋਂ ਬਿੱਟੂ ਨੇ ਕਿਹਾ ਕਿ ਹੁਣ ਸਰਕਾਰ ਦੀ ਮਰਜ਼ੀ ਹੈ ਕਿ ਕਿਸੇ ਨੂੰ ਵੀ ਕੋਠੀ ਦੇ ਦਿਓ, ਮੈਂ ਕੋਠੀ 'ਚ ਨਹੀਂ ਰਵਾਂਗਾ। ਤਾਂ ਆਪ ਕਾਂਗਰਸ ਮਿਲ ਕੇ ਕਰਨਾ ਚਾਹੁੰਦੇ ਨੇ ਮੇਰਾ ਸ਼ਿਕਾਰ, ਬਿੱਟੂ ਦਾ ਕਹਿਣਾ ਹੈ। ਇਹਨਾਂ ਨੇ ਹੋਰ ਕਿਹਾ ਕਿ ਨੋਟਿਸ ਭੇਜ ਕੇ ਮੇਰਾ ਨੋਮੀਨੇਸ਼ਨ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੋਵੇਂ ਪਾਰਟੀਆਂ ਮਿਲ ਕੇ ਮੇਰੇ ਨੋਮੀਨੇਸ਼ਨ ਨੂੰ ਰੱਦ ਕਰਵਾਉਣਾ ਚਾਹੁੰਦੀਆਂ ਨੇ। ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ, ਉਹਨਾਂ ਨੇ ਆਰੋਪ ਲਗਾਇਆ ਹੈ ਕਿ ਅੱਧੀ ਰਾਤ ਨੂੰ ਲੁਧਿਆਣਾ ਮਿਊਂਸੀਪਲ ਕਮਿਸ਼ਨ ਦੇ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ, ਜਿੱਥੇ ਉਹਨਾਂ ਦੇ ਘਰ ਦੇ 2 ਕਰੋੜ ਰੁਪਏ ਦਾ ਨੋਟਿਸ ਭੇਜਿਆ ਗਿਆ, ਜਿਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਪ੍ਰਕਿਰਿਆ ਦਿਖਾਈ ਗਈ ਅਤੇ ਰਾਤ ਨੂੰ ਹੀ ਉਹ ਕੋਠੀ ਤੋਂ ਚਲੇ ਗਏ ਅਤੇ ਬੀਜੇਪੀ ਆਫਿਸ ਦੇ ਵਿੱਚ ਉਹਨਾਂ ਨੇ ਰਾਤ ਬਿਤਾਈ। ਆਓ, ਕੀ ਕਹਿਣਾ ਹੈ ਬਿੱਟੂ ਦਾ ਉਹ ਵੀ ਜਾਣਦੇ ਹਾਂ, ਅਤੇ ਕਿਹੜੇ ਇਲਜ਼ਾਮ ਨੇ ਉਹ ਆਪਣੇ ਵਿਰੋਧੀ ਧਿਰਾਂ 'ਤੇ ਲਾ ਰਹੇ ਨੇ, ਉਹ ਵੀ ਸੁਣਾਂਗੇ। ਦੇਖੋ, ਚਿਹਰੇ 'ਤੇ ਖੁਸ਼ੀ ਹੈ, ਇਹ ਸ਼ਹੀਦਾਂ ਦੇ ਪਰਿਵਾਰਾਂ 'ਤੇ ਕੋਈ ਕਿਸੇ ਇਸ ਗੱਲ ਦਾ ਕੋਈ ਕਦੇ ਅਸਰ ਹੁੰਦਾ ਹੈ? ਇਹ ਤਾਂ ਚੀਜ਼ਾਂ ਦੇਖੋ, ਇੱਕ ਬਹੁਤ ਵੱਡਾ ਡਿਜ਼ਾਈਨ ਸੀ ਜਿਹੜਾ ਤਿਆਰ ਕੀਤਾ ਸੀ ਉਹਨਾਂ ਨੇ। 2 ਗੱਲਾਂ ਨੇ ਇਹਦੇ ਵਿੱਚ। ਪਹਿਲਾਂ ਤਾਂ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਵੀ ਨੋਮੀਨੇਸ਼ਨ, ਕਿਉਂਕਿ ਸਭਾ 12 ਵਜੇ ਉਹਨਾਂ ਨੇ 2 ਕਰੋੜ ਰੁਪਈਆ ਭੇਜਿਆ। ਅਤੇ ਯਾਰ, ਦੁੱਖ ਇੰਨਾ ਹੀ ਆ ਵੀ ਮੈਂ ਜਿਹੜੇ ਆਪਣੇ ਮੇਰੇ ਦਾਦਾ ਜੀ ਨੇ ਮੈਨੂੰ ਜਾਂ ਮੇਰੇ ਪਿਤਾ ਜੀ ਨੂੰ ਦਿੱਤੀ, ਪਿਤਾ ਜੀ ਨੇ ਮੈਨੂੰ ਜ਼ਮੀਨ ਦਿੱਤੀ, ਉਹੀ ਜਿਹੜੇ ਕੀਲੇ 4 ਸੀ ਉਹ ਵੀ ਮੈਨੂੰ ਜਿਹੜੇ ਗਿਰਵੀ ਧਰ ਕੇ ਆਪਣੇ ਦੋਸਤਾਂ ਮਿੱਤਰਾਂ ਤੋਂ ਜਿੱਥੋਂ ਵੀ ਉਹ ਪੈਸੇ, ਬਸ ਇੰਨਾ ਹੈ ਵੀ ਕਰਕੇ 1 ਘੰਟਾ ਪਹਿਲਾਂ ਟਾਈਮ ਮਿਲਿਆ, ਜਿਵੇਂ ਵੀ ਜਿਸ ਹਿਸਾਬ ਭਾਅ ਮੈਂ ਸਿੱਟਤੀ, ਮੈਂ ਕਿਹਾ ਭਾਈ ਇਹ ਥੱਲੇ ਨਹੀਂ ਲੱਗਣਾ, ਕਾਗਜ਼ ਨੋਮੀਨੇਸ਼ਨ ਜਿਹੜੇ ਆ ਉਹ ਕਰਨੇ ਆ। ਇਹ ਸਿਕਿਉਰਿਟੀ ਦੀ ਕੋਠੀ ਮਿਲੀ ਹੋਈ ਮੇਰੀ, ਮੈਨੂੰ ਇਹ ਤਾਂ ਜੇ 100 ਬੰਦਾ ਹੈ ਸਿਕਿਉਰਿਟੀ ਵਾਲਾ ਉਹਦੇ ਲਈ ਇਹ ਘਰ ਹੁੰਦਾ? ਸਾਡੇ ਤਾਂ ਉੱਥੇ 2 ਕਮਰੇ ਆ ਮੇਰੇ 'ਚ, ਮੈਂ ਇਕੱਲਾ ਰਹਿਣਾ ਹੈ। ਅਤੇ ਇਸ ਕਰਕੇ ਮੈਂ ਆਪਣੇ ਆਪ ਥੋੜ੍ਹੀ ਜ਼ਬਰਦਸਤੀ ਕੋਠੀ 'ਚ ਵੜਿਆ, ਜਾਂ ਮੈਂ ਕਹਿੰਦਾ ਵੀ ਮੈਨੂੰ ਆਹ ਕੋ, ਇਹ ਤਾਂ ਜਿਹੜਾ ਸਿਕਿਉਰਿਟੀ ਦਾ ਪੱਖ ਆ ਨੈਸ਼ਨਲ ਨੈਸ਼ਨਲ ਲੈਵਲ 'ਤੇ, ਹੋਮ ਮਿਨਿਸਟਰੀ ਲੈਵਲ 'ਤੇ ਉਹ ਸਾਰਾ ਕੁਛ ਦੇਖ ਕੇ, ਅਤੇ ਪੰਜਾਬ ਸਰਕਾਰ, ਮੈਂ ਇਕੱਲਾ ਥੋੜ੍ਹੀ ਰਹਿੰਦਾ ਸੀ। ਚਲੋ ਮੇਰਾ ਮੰਨ ਲਓ ਉਹ 100 ਬੰਦਾ ਜਿਹੜਾ CSF ਦਾ, ਪੰਜਾਬ ਪੁਲਿਸ ਦਾ, ਉਹ ਸਾਰੇ ਰਹਿੰਦੇ ਸੀ, ਉਹ ਅੱਜ ਤੋਂ ਬਾਅਦ ਸਾਰੇ ਇਲੀਗਲ ਰਹਿ ਰਹੇ ਸੀ। ਉਹਨਾਂ ਦੀਆਂ ਉੱਥੇ ਤਨਖਾਹਾਂ ਬਣ ਰਹੀਆਂ, ਉਹ ਡਿਊਟੀ 'ਤੇ ਲੱਗੇ ਹੋਏ ਆ, ਵੀ ਡਿਊਟੀ ਉਹਨਾਂ ਦੀ ਕਿੱਥੇ ਆ? ਉਹ ਕੋਠੀ 'ਤੇ ਡਿਊਟੀ ਸੀ ਅਤੇ ਉਹ ਕਿੱਥੋਂ? ਸਾਰਾ ਇਲੀਗਲ ਚੱਲ ਰਿਹਾ ਸੀ ਕੰਮ 10 ਸਾਲ ਦਾ। 2 ਇਲੈਕਸ਼ਨਾਂ ਮੈਂ ਲੜ ਲਈਆਂ, ਕਦੇ ਐਂ ਨਹੀਂ ਹੋਇਆ ਸੀ। ਅਸੀਂ ਲੁਧਿਆਣੇ ਦੇ ਸੀ ਕਿਉਂਕਿ ਬਾਹਰਲੇ ਧਾੜਵੀ ਆ ਗਏ। ਅਸੀਂ ਉਰੇ ਮਹੇਸ਼ਿੰਦਰ ਜੀ ਇਲੈਕਸ਼ਨ ਲੜੇ ਗਰੇਵਾਲ ਸਾਹਿਬ, ਅੱਜ ਤੱਕ ਜੱਫੀਆਂ ਪਾ ਕੇ ਪਿਆਰ ਕਰਕੇ ਆਸ਼ੀਰਵਾਦ ਲੈ ਕੇ। ਉਦੋਂ ਪਹਿਲਾਂ ਯਾਲੀ ਸਾਹਿਬ ਲੜੇ ਸੀ, ਉਦੋਂ ਪਹਿਲਾਂ ਨਾਲ ਆਪਣੇ ਬੈਂਸ ਬ੍ਰਦਰਸ ਬੜੇ, ਸਾਡਾ ਉਹੀ ਰਿਸ਼ਤਾ ਹੈ। ਕਦੇ ਐਂ ਨਹੀਂ ਹੋਇਆ ਇਹੋ ਜਿਹੀਆਂ ਗੱਲਾਂ ਜਿਹੜੀਆਂ ਇਹ ਕਰਨ ਲੱਗੇ। ਪਰ ਦੂਜਾ ਡਿਜ਼ਾਈਨ ਇਹ ਸੀ, ਹੁਣ ਉਹ ਕੀ ਆ? ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਕੋਈ ਵੀ, ਮੈਂ ਡਰਦਾ ਡੁਰਦਾ ਨਹੀਂ, ਇਹ ਸ਼ਿਕਾਰ ਮੇਰਾ ਘਰ ਨਿਕਲੇ ਨੇ। ਸ਼ਿਕਾਰ ਗਿੱਦੜਾਂ ਦਾ ਹੁੰਦਾ, ਸ਼ੇਰਾਂ ਦਾ ਸ਼ਿਕਾਰ ਨਹੀਂ ਹੁੰਦਾ। ਅਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜੋ ਵੀ
ਜ਼ਿੰਮੇਵਾਰੀ ਆ ਉਹ ਪੰਜਾਬ ਦੇ ਚੀਫ ਸੈਕਟਰੀ ਸਾਹਿਬ ਦੀ ਹੋਏਗੀ, ਜੋ ਵੀ ਕੁਝ ਜ਼ਿੰਮੇਵਾਰੀ ਆ ਉਹ ਪੰਜਾਬ ਦੇ DGP ਦੀ ਹੋਏਗੀ। ਸਰ ਜਿਹੜੇ ਵਿਰੋਧੀ ਹੈਗੇ ਨੇ ਉਹ ਕਹਿ ਰਹੇ ਨੇ ਬਿੱਟੂ ਡਰਾਮੇ ਕਰ ਰਿਹਾ, ਹੋਰ ਕੁਛ ਨਹੀਂ। ਬਖਸ਼ ਦਿਓ ਮੈਨੂੰ, ਚਲੋ ਮੈਂ ਕੀ ਕਹਾਂ, ਮੈਨੂੰ ਰਾਤ ਨੂੰ ਤੁਸੀਂ ਇਹ ਮੇਰੇ ਕੋਲ ਯਾਰ ਮਤਲਬ ਇੰਨੇ ਨਿਰਦਈ ਲੋਕ ਨੇ ਇਹ ਡਰਾਮੇ ਕਰ ਰਹੇ, ਅਤੇ ਮੈਂ ਆਪਣੇ 2 ਕਰੋੜ ਤੁਸੀਂ ਉਹ ਡਰਾਮਾ ਸੀ ਮੇਰਾ ਉਸ ਸਰਕਾਰ ਦੇ ਕੋਲ ਸੀ, ਤੁਸੀਂ ਮੈਨੂੰ ਘਰੋਂ ਕੱਢਤਾ, ਤਾਲਾ ਲਾਤਾ ਕੋਠੀ ਨੂੰ, ਉਹ ਡਰਾਮਾ ਹੈ, ਮੈਂ ਲਾਇਆ ਤਾਲਾ।